ਅੱਜ ਇੱਕ ਵਿਸ਼ੇਸ਼ ਸੂਚਨਾ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦਾ ਕਿ ਕੇਸ ਸੈਂਟੈਂਸ ਰਿਵਿਊ ਬੋਰਡ ਨਵੀਂ ਦਿੱਲੀ ਕੇਜਰੀਵਾਲ ਸਰਕਾਰ ਕੋਲ ਪਿਆ ਸੀ, ਉਹ ਅੱਜ ਸੈਂਟਰਲ ਜੇਲ੍ਹ ਪ੍ਰਿਜ਼ਨਰ ਦੀ ਸਾਈਟ ਦੇ ਉੱਤੇ ਜਿਹੜੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਜੋ ਕਿ 21/12/2023 ਨੂੰ ਬੈਠਾ ਸੀਗਾ ਉਹਦੀ ਅੱਜ 22/20/2024 ਨੂੰ ਰਿਪੋਰਟ ਜਿਹੜੀ ਆ ਉਹ ਸੈਂਟੈਂਸ ਰਿਵਿਊ ਬੋਰਡ ਦੀ ਅਪਲੋਡ ਹੋ ਗਈ ਆ, ਜਿਹਦੇ ਮੁਤਾਬਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਕੇਸ ਸੈਂਟੈਂਸ ਰਿਵਿਊ ਬੋਰਡ ਵੱਲੋਂ ਡਿਸਮਿਸ ਕਰ ਦਿੱਤਾ ਗਿਆ। ਹਾਂ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਰਿਹਾਈ ਜੋ ਕਿ ਜੇਲ੍ਹ ਸੁਪਰਡੈਂਟ ਵੱਲੋਂ, DM ਅੰਮ੍ਰਿਤਸਰ ਵੱਲੋਂ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ, ਪੰਜਾਬ ਸਰਕਾਰ ਵੱਲੋਂ ਰਿਕਮੈਂਡ ਕਰਕੇ ਭੇਜੀ ਗਈ ਸੀ ਅਤੇ ਪਿਛਲੇ ਕਰੀਬ 1.5-2 ਸਾਲ ਤੋਂ 3 ਵਾਰੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਕੇਜਰੀਵਾਲ ਸਰਕਾਰ ਵੱਲੋਂ ਡੈਫਰ ਕਰ ਦਿੱਤਾ ਗਿਆ ਸੀਗਾ। ਅੰਤ ਉਸ ਸਬੰਧ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਰਿਟ ਪਟੀਸ਼ਨ ਸਾਡੇ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਉਹਨਾਂ ਦੇ ਬਿਹਾਫ ਤੇ ਪਾਈ ਗਈ ਸੀਗੀ ਅਤੇ 21/12/2023 ਨੂੰ ਹੋਈ ਸੈਂਟੈਂਸ ਰਿਵਿਊ ਦੀ ਮੀਟਿੰਗ ਦੀ ਜੋ ਕਰੈਕਸ ਰਿਪੋਰਟ ਜਿਹੜੀ ਆ ਉਹਨਾਂ ਦੀ ਸਾਈਟ ਦੇ ਉੱਤੇ ਪਈ ਆ ਉਹਦੇ ਮੁਤਾਬਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਰਿਹਾਈ ਦਾ ਕੇਸ ਡਿਸਮਿਸ ਕਰ ਦਿੱਤਾ ਗਿਆ। ਕੁੱਲ 46 ਕੇਸ 21/12/2023 ਦੀ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਵਿਚਾਰੇ ਗਏ, ਜਿਨ੍ਹਾਂ ਵਿੱਚੋਂ 14 ਕੇਸ ਰਿਕਮੈਂਡ ਕੀਤੇ ਗਏ ਅਤੇ 32 ਕੇਸ ਸਮੇਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਹਾਈ ਦਾ ਕੇਸ ਪ੍ਰੀਮਚੋਰ ਲੇਜ ਕੇਸ ਜਿਹੜਾ ਡਿਸਮਿਸ ਕਰ ਦਿੱਤਾ ਗਿਆ। ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਅਤੇ ਇੱਕ ਸਰਕਾਰ ਜਿਹੜੀ ਆ ਰਿਕਮੈਂਡ ਕਰਦੀ ਆ, ਦੂਜੀ ਸਰਕਾਰ ਜੋ ਕਿ ਮੇਨ ਸਰਕਾਰ ਹੈਗੀ ਪੰਜਾਬ ਸਰਕਾਰ ਦੀ ਉਹਨਾਂ ਨੇ ਰਿਹਾਈ ਕੀਤੀ ਆ। ਜ਼ਿਕਰਯੋਗ ਹੈ ਕਿ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ 'ਚ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਰਿਕਮੈਂਡੇਸ਼ਨ ਭੇਜੀ ਗਈ ਸੀ ਉਹਦੇ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦਾ ਵੀ ਨਾਂ ਸੀਗਾ, ਪਰ ਕੇਜਰੀਵਾਲ ਸਰਕਾਰ ਨੇ ਉਹ ਸਾਰੀਆਂ ਗੱਲਾਂ ਉਹਨਾਂ ਦੀ ਹੈਲਥ ਕੰਡੀਸ਼ਨ ਅਤੇ ਸਾਰੀਆਂ ਫੇਵਰੇਬਲ ਰਿਪੋਰਟਾਂ ਦੇ ਬਾਵਜੂਦ ਵੀ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਰਿਹਾਈ ਰਿਜੈਕਟ ਕਰ ਦਿੱਤੀ ਗਈ ਆ। ਸੋ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਅਸੀਂ ਆਲਰੇਡੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਰਿਟ ਪਾਈ ਗਈ ਸੀ ਜਿਹਦਾ ਵੀ ਇਹ ਫੈਸਲਾ ਲਿਆ ਜਾਵੇ, ਜਿਹੜੀ ਕਿ ਅਗਲੀ ਤਰੀਕ 30 ਜਨਵਰੀ ਆ ਉਹ ਇਨਫੈਕਚਸ ਹੋਣ ਤੋਂ ਬਾਅਦ ਅਤੇ ਹੋਰ ਲੀਗਲ ਸੀਨੀਅਰ ਵਕੀਲਾਂ ਨਾਲ ਗੱਲ ਕਰਨ ਤੋਂ ਬਾਅਦ ਇਹ 'ਤੇ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਉਹ ਤੈਅ ਕੀਤਾ ਜਾਵੇਗਾ। ਸੋ ਇਹ ਜਾਣਕਾਰੀ ਵਾਸਤੇ ਦੱਸਦਿਆਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦਾ ਕੇਸ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਰਿਜੈਕਟ ਕਰ ਦਿੱਤਾ। ਅੱਜ ਇੱਕ ਵਿਸ਼ੇਸ਼ ਸੂਚਨਾ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦਾ ਕਿ ਕੇਸ ਸੈਂਟੈਂਸ ਰਿਵਿਊ ਬੋਰਡ ਨਵੀਂ ਦਿੱਲੀ ਕੇਜਰੀਵਾਲ ਸਰਕਾਰ ਕੋਲ ਪਿਆ ਸੀ, ਉਹ ਅੱਜ ਸੈਂਟਰਲ ਜੇਲ੍ਹ ਪ੍ਰਿਜ਼ਨਰ ਦੀ ਸਾਈਟ ਦੇ ਉੱਤੇ ਜਿਹੜੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਜੋ ਕਿ 21/12/2023 ਨੂੰ ਬੈਠਾ ਸੀਗਾ ਉਹਦੀ ਅੱਜ 22/20/2024 ਨੂੰ ਰਿਪੋਰਟ ਜਿਹੜੀ ਆ ਉਹ ਸੈਂਟੈਂਸ ਰਿਵਿਊ ਬੋਰਡ ਦੀ ਅਪਲੋਡ ਹੋ ਗਈ ਆ, ਜਿਹਦੇ ਮੁਤਾਬਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਕੇਸ ਸੈਂਟੈਂਸ ਰਿਵਿਊ ਬੋਰਡ ਵੱਲੋਂ ਡਿਸਮਿਸ ਕਰ ਦਿੱਤਾ ਗਿਆ। ਹਾਂ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਰਿਹਾਈ ਜੋ ਕਿ ਜੇਲ੍ਹ ਸੁਪਰਡੈਂਟ ਵੱਲੋਂ, DM ਅੰਮ੍ਰਿਤਸਰ ਵੱਲੋਂ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ, ਪੰਜਾਬ ਸਰਕਾਰ ਵੱਲੋਂ ਰਿਕਮੈਂਡ ਕਰਕੇ ਭੇਜੀ ਗਈ ਸੀ ਅਤੇ ਪਿਛਲੇ ਕਰੀਬ 1.5-2 ਸਾਲ ਤੋਂ 3 ਵਾਰੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਕੇਜਰੀਵਾਲ ਸਰਕਾਰ ਵੱਲੋਂ ਡੈਫਰ ਕਰ ਦਿੱਤਾ ਗਿਆ ਸੀਗਾ। ਅੰਤ ਉਸ ਸਬੰਧ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਰਿਟ ਪਟੀਸ਼ਨ ਸਾਡੇ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਉਹਨਾਂ ਦੇ ਬਿਹਾਫ ਤੇ ਪਾਈ ਗਈ ਸੀਗੀ ਅਤੇ 21/12/2023 ਨੂੰ ਹੋਈ ਸੈਂਟੈਂਸ ਰਿਵਿਊ ਦੀ ਮੀਟਿੰਗ ਦੀ ਜੋ ਕਰੈਕਸ ਰਿਪੋਰਟ ਜਿਹੜੀ ਆ ਉਹਨਾਂ ਦੀ ਸਾਈਟ ਦੇ ਉੱਤੇ ਪਈ ਆ ਉਹਦੇ ਮੁਤਾਬਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਰਿਹਾਈ ਦਾ ਕੇਸ ਡਿਸਮਿਸ ਕਰ ਦਿੱਤਾ ਗਿਆ।
ਕੁੱਲ 46 ਕੇਸ 21/12/2023 ਦੀ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਵਿਚਾਰੇ ਗਏ, ਜਿਨ੍ਹਾਂ ਵਿੱਚੋਂ 14 ਕੇਸ ਰਿਕਮੈਂਡ ਕੀਤੇ ਗਏ ਅਤੇ 32 ਕੇਸ ਸਮੇਤ ਪ੍ਰੋਫੈਸਰ ਦੰਦਪਾਲ ਸਿੰਘ ਭੁੱਲਰ ਦੇ ਰਿਹਾਈ ਦਾ ਕੇਸ ਪ੍ਰੀਮਚੋਰ ਲੇਜ ਕੇਸ ਜਿਹੜਾ ਡਿਸਮਿਸ ਕਰ ਦਿੱਤਾ ਗਿਆ। ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਅਤੇ ਇੱਕ ਸਰਕਾਰ ਜਿਹੜੀ ਆ ਰਿਕਮੈਂਡ ਕਰਦੀ ਆ, ਦੂਜੀ ਸਰਕਾਰ ਜੋ ਕਿ ਮੇਨ ਸਰਕਾਰ ਹੈਗੀ ਪੰਜਾਬ ਸਰਕਾਰ ਦੀ, ਉਹਨਾਂ ਨੇ ਰਿਹਾਈ ਕੀਤੀ ਆ। ਜ਼ਿਕਰਯੋਗ ਹੈ ਕਿ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ 'ਚ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਰਿਕਮੈਂਡੇਸ਼ਨ ਭੇਜੀ ਗਈ ਸੀ ਉਹਦੇ 'ਚ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਹੋਣਾ ਦਾ ਵੀ ਨਾਂ ਸੀਗਾ, ਪਰ ਕੇਜਰੀਵਾਲ ਸਰਕਾਰ ਨੇ ਉਹ ਸਾਰੀਆਂ ਗੱਲਾਂ ਉਹਨਾਂ ਦੀ ਹੈਲਥ ਕੰਡੀਸ਼ਨ ਅਤੇ ਸਾਰੀਆਂ ਫੇਵਰੇਬਲ ਰਿਪੋਰਟਾਂ ਦੇ ਬਾਵਜੂਦ ਵੀ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਰਿਹਾਈ ਰਿਜੈਕਟ ਕਰ ਦਿੱਤੀ ਗਈ ਆ। ਸੋ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਅਸੀਂ ਆਲਰੇਡੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਰਿਟ ਪਾਈ ਗਈ ਸੀ, ਜਿਹੜਾ ਵੀ ਇਹ ਫੈਸਲਾ ਲਿਆ ਜਾਵੇ ਜਿਹੜੀ ਕਿ ਅਗਲੀ ਤਰੀਕ 30 ਜਨਵਰੀ ਆ, ਉਹ ਇਨਫੈਕਚਸ ਹੋਣ ਤੋਂ ਬਾਅਦ ਅਤੇ ਹੋਰ ਲੀਗਲ ਸੀਨੀਅਰ ਵਕੀਲਾਂ ਨਾਲ ਗੱਲ ਕਰਨ ਤੋਂ ਬਾਅਦ ਇਹ 'ਤੇ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਉਹ ਤੈਅ ਕੀਤਾ ਜਾਵੇਗਾ। ਸੋ ਇਹ ਜਾਣਕਾਰੀ ਵਾਸਤੇ ਦੱਸਦਿਆਂ ਕਿ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਹੋਣਾ ਦਾ ਕੇਸ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਰਿਜੈਕਟ ਕਰ ਦਿੱਤਾ।